ਦੋਸਤੋ ਕੋਵਿਡ-19 ਬਾਰੇ ਜਿੱਥੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕੇਸ ਘਟ ਰਹੇ ਆ ਸਾਡੇ ਕੈਨੇਡਾ ਦੇ ਵਿੱਚ ਕੇਸ ਘਟ ਰਹੇ ਆ ਅਮਰੀਕਾ ਦੇ ਵਿੱਚ ਕੇਸ ਘਟ ਰਹੇ ਆ ਇੰਡੀਆ ਦੇ ਵਿੱਚ ਕੇਸ ਘਟ ਰਹੇ ਆ ਪਰ ਇਹਦੇ ਨਾਲ ਨਾਲ ਹਜੇ ਕੋਵਿਡ ਦਾ ਖਤਰਾ ਦੁਨੀਆ ਤੋਂ ਗਿਆ ਨਹੀਂ World Health Organization ਨੇ ਇੱਕ ਸਟੇਟਮੈਂਟ ਦਿੱਤੀ ਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕੋਵਿਡ-19 ਦਾ ਇੱਕ ਵੇਰੀਐਂਟ ਇੱਕ ਕਿਸਮ ਇੱਕ ਮਿਊਟੇਸ਼ਨ ਡੈਲਟਾ ਵੇਰੀਐਂਟ ਉਹਦਾ ਨਾਂ ਆ ਕਿ ਉਹ ਬਹੁਤ ਤੇਜ਼ੀ ਦੇ ਨਾਲ ਰਫਤਾਰ ਫੜ ਚੁੱਕਾ ਹੈ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਸੋ ਜਿੱਥੇ-ਜਿੱਥੇ ਹਜੇ ਸਾਰਾ ਕੁਝ ਠੀਕ-ਠਾਕ ਹੋ ਰਿਹਾ ਆ ਉੱਥੇ ਇਹ ਨਾ ਸਮਝ ਲਿਆ ਜਾਵੇ ਕਿ ਕੋਵਿਡ ਚਲੇ ਗਿਆ ਹੁਣ ਸਾਰਾ ਕੁਝ ਠੀਕ ਹੋ ਗਿਆ ਜੇ ਡੈਲਟਾ ਵੈਰੀਐਂਟ ਤੁਹਾਡੇ ਦੇਸ਼ ਦੇ ਵਿੱਚ ਆ ਕੇ ਫੈਲ ਜਾਂਦਾ ਆ ਜਾਂ ਉਸ ਰਫ਼ਤਾਰ ਨਾਲ ਫੈਲਣਾ ਸ਼ੁਰੂ ਕਰ ਦਿੰਦਾ ਜਿਹਦੀ ਗੱਲ ਵਰਲਡ ਹੈਲਥ ਆਰਗੇਨਾਈਜੇਸ਼ਨ ਕਰ ਰਹੀ ਆ ਤਾਂ ਇਹ ਬਹੁਤ ਖਤਰਨਾਕ ਹੋ ਸਕਦਾ ਅਗਲੀ ਵੇਵ ਇੱਕ ਕੋਵਿਡ ਦੀ ਆ ਸਕਦੀ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਚੀਫ ਸਾਇੰਟਿਸਟ ਆ ਸੋਬਿਆ ਸੁਮਿੰਨਾਥਨ ਉਹਨਾਂ ਦੇ ਮੁਤਾਬਕ ਇਹ ਵੇਰੀਐਂਟ ਇਸ ਕਰਕੇ ਵੀ ਤੇਜ਼ੀ ਨਾਲ ਫੈਲ ਰਿਹਾ ਕਿਉਂਕਿ ਇਹਦੀ ਜਿਹੜੀ ਟਰਾਂਸਮਿਊਬਿਲਿਟੀ ਆ ਉਹ ਬਣ ਚੁੱਕੀ ਹੈ ਦੂਜੇ ਪਾਸੇ ਜਰਮਨ ਦੀ ਹੈਲਥ ਏਜੰਸੀ ਨੇ ਇੱਕ ਬਿਆਨ ਦਿੱਤਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਦੇਸ਼ ਦੇ ਵਿੱਚ ਇਸ ਵੇਰੀਐਂਟ ਦੇ ਕੁਝ ਮਾਮਲੇ ਸਾਹਮਣੇ ਆਏ ਆ ਇਹਨਾਂ 'ਚ ਅਸੀਂ ਬਹੁਤ ਧਿਆਨ ਨਾਲ ਦੇਖ ਰਹੇ ਆ ਨਵੇਂ ਮਾਮਲਿਆਂ ਦੇ ਵਿੱਚ ਕਰੀਬ 6% ਤੇ ਮਰੀਜ਼ਾਂ ਦੇ ਵਿੱਚ ਇਹ ਵੇਰੀਐਂਟ ਪਾਇਆ ਗਿਆ ਇਹ ਸਾਰੇ ਮਰੀਜ਼ਾਂ ਨੂੰ ਬਹੁਤ ਗਹਿਨ ਤਰੀਕੇ ਦੇ ਨਾਲ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਆ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਇਹ ਵੀ ਕਹਿ ਰਿਹਾ ਕਿ ਹੁਣ ਤੱਕ ਜਿੰਨੀ ਵੈਕਸੀਨ ਸਾਡੇ ਕੋਲ ਹੈਗੀ ਆ ਜਿਹਦਾ ਅਸੀਂ ਪ੍ਰਯੋਗ ਕਰ ਰਹੇ ਆ ਜਿਹਦੀ ਵਰਤੋਂ ਕਰ ਰਹੇ ਆ ਉਹਦੇ ਬਾਰੇ ਸਾਡੇ ਕੋਲ ਜ਼ਿਆਦਾ ਡਾਟਾ ਚਾਹੀਦਾ ਕਿ ਕਿਹੜੇ ਦੇਸ਼ ਦੇ ਵਿੱਚ ਕਿਉਂਕਿ ਸਵਾਲ ਇਹ ਵੀ ਪੈਦਾ ਹੁੰਦਾ ਕਿ ਇਹ ਵੇਰੀਐਂਟ ਬਣਦੇ ਕਿੱਦਾਂ ਆ ਤੇ ਉਹਦੇ ਉੱਤੇ ਵੈਕਸੀਨ ਕਿੰਨੇ ਕਸਰਦਕ ਕਰਦੀ ਆ ਜਿਹੜਾ ਵਾਇਰਸ ਆ ਜਿਉਂਦਾ ਰਹਿਣਾ ਚਾਹੁੰਦਾ ਇਹ ਬਚਣ ਦੇ ਲਈ ਆਪਣੇ ਰੂਪ ਬਦਲਦਾ ਥੋੜੇ ਥੋੜੇ ਚਿਰਵਤ ਜਿਹਦੇ ਨਾਲ ਵੱਖਰੀਆਂ ਮਿਊਟੇਸ਼ਨਸ ਹੋ ਕੇ ਵੇਰੀਐਂਟ ਬਣਦੇ ਵਾਇਰਸ ਦੀਆਂ ਨਵੀਆਂ ਕਿਸਮਾਂ ਬਣੀ ਜਾਂਦੀਆਂ ਹੁਣ ਸਵਾਲ ਪੈਦਾ ਹੁੰਦਾ ਕਿ ਜਿਹੜੇ ਇਹ ਵੈਕਸੀਨ ਆ ਕੀ ਉਹ ਨਵੀਆਂ ਕਿਸਮਾਂ ਦੇ ਉੱਤੇ ਅਸਰ ਕਰਦੀ ਆ ਤੇ ਇਹਦੇ ਲਈ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਚੀਫ ਸਾਇੰਟਿਸਟ ਡਾਕਟਰ ਸੁਮੀਨਾਥਨ ਕਹਿ ਰਹੀ ਆ ਕਿ ਇਹਦੇ ਲਈ ਸਾਡੇ ਕੋਲੇ ਡਾਟਾ ਜ਼ਿਆਦਾ ਚਾਹੀਦਾ ਕਿ ਕਿਹੜੇ ਦੇਸ਼ ਦੇ ਵਿੱਚ ਕਿਹੜਾ ਵੇਰੀਐਂਟ ਆ ਤੇ ਉਥੇ ਕਿਹੜੀ ਵੈਕਸੀਨ ਦੀ ਵਰਤੋਂ ਕੀਤੀ ਜਾ ਰਹੀ ਆ ਉਦੇ ਤੋਂ ਬਾਅਦ ਉਹ ਕਹਿੰਦੇ ਅਸੀਂ ਦੱਸ ਸਕਦੇ ਹਾਂ ਡਾਟਾ World Health Organization ਕਹਿ ਰਹੀ ਕਿ ਸਾਡੇ ਕੋਲ ਹੈਗਾ ਪਰ ਸਾਨੂੰ ਹਜੇ ਹੋਰ ਅੰਕੜੇ ਚਾਹੀਦੇ ਥੋੜੇ ਜਿਹੇ ਉਦੇ ਤੋਂ ਬਾਅਦ ਅਸੀਂ ਕੋਈ ਅਨਲਿਸਿਸ ਕਰਕੇ ਦੱਸ ਸਕਦੇ ਹਾਂ ਵੀ ਇਹ ਕਿੰਨੇ ਪਰਸੈਂਟ ਅਸਰ ਕਰ ਰਿਹਾ ਕਿੱਥੇ ਜ਼ਿਆਦਾ ਵਧ ਰਿਹਾ ਕਿਉਂ ਵਧ ਰਿਹਾ ਹੈ ਤੇ ਇਹਦਾ ਕਾਰਨ ਕੀ ਹੈ ਫਿਰ ਅਸੀਂ ਜਦੋਂ ਉਹਨਾਂ ਕੋਲ ਇਹ ਡਾਟਾ ਚਲੇਗਾ ਫਿਰ ਉਹ ਕਹਿੰਦੇ ਜਿਹੜਾ ਜ਼ਿਆਦਾ ਚੰਗਾ ਪਲਾਨ ਆ ਉਹ ਤਿਆਰ ਕਰ ਸਕਦੇ ਆ ਦੂਜੇ ਪਾਸੇ ਅਸੀਂ ਜਰਮਨੀ ਦਾ ਜ਼ਿਕਰ ਕੀਤਾ World Health Organization ਨੇ ਜਿੱਥੇ ਡੈਲਟਾ ਵੇਰੀਐਂਟ ਬਾਰੇ ਚੇਤਾਵਨੀ ਦਿੱਤੀ ਹੈ ਉਹਦੇ ਨਾਲ ਨਾਲ ਇਹ ਵੀ ਕਿਹਾ ਹੈ ਕਿ ਜਰਮਨੀ ਦੀ ਕੰਪਨੀ ਦੀ ਜਿਹੜੀ ਕਿਓਰਵਿਕ ਆ ਉਹਦੀ ਇੱਕ ਵੈਕਸੀਨ ਉਹਨਾਂ ਨੇ ਬਣਾਈ ਸੀ ਉਹਦੇ ਐਫੀਕੇਸੀ ਸਟੈਂਡਰਡਸ World Health Organization ਦੇ ਮਾਪਦੰਡਾਂ ਦੇ ਉੱਤੇ ਪੂਰੇ ਨਹੀਂ ਉਤਰ ਸਕੇ ਭਾਵ ਜਿਸ ਤਰੀਕੇ ਦੇ ਨਾਲ ਉਹਨੇ ਕੰਮ ਕਰਨਾ ਚਾਹੀਦਾ ਸੀ ਕਿਸੇ ਵੈਕਸੀਨ ਨੇ ਉਹ ਨਹੀਂ ਕਰ ਰਹੀ ਉਹਨਾਂ ਦੇ ਮੁਤਾਬਕ ਇਹ ਵੈਕਸੀਨ ਦੀ ਐਫੀਕੇਸੀ 50% ਤੋਂ ਘਟਿਆ ਤੇ ਜੇ ਕਿਸੇ ਵੀ ਵੈਕਸੀਨ ਦਾ ਅਸਰ 50% ਤੋਂ ਘੱਟ ਹੋਵੇ ਫਿਰ ਉਹਨੂੰ ਮਹਾਮਾਰੀ ਕਾਬੂ ਕਰਨ ਦੇ ਲਈ ਉਹਦੀ ਮਾਨਤਾ ਨਹੀਂ ਦਿੱਤੀ ਜਾਂਦੀ ਉਹਨੂੰ ਮਨਜ਼ੂਰ ਨਹੀਂ ਕੀਤਾ ਜਾਂਦਾ ਤੇ ਇਹੀ ਕੋਸ਼ਿਸ਼ ਜਰਮਨੀ ਦੀ ਵੈਕਸੀਨ ਦੇ ਨਾਲ ਹੋਇਆ ਹੈ ਹਜੇ ਉਹ ਕਹਿੰਦੇ ਟ੍ਰਾਇਲ ਚੱਲ ਰਹੇ ਆ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਣੀਆਂ ਆ ਆ ਵਾਇਰਸ ਦੇ ਨਾਲ ਹੋਰ ਰਿਸਰਚ ਵੀ ਹੋ ਰਹੀ ਆ ਤੇ ਇਹ ਜਿਹੜੀ ਚਿੰਤਾ ਵਾਲੀ ਗੱਲ ਆ ਕਿ ਜਿਹੜਾ ਡੈਲਟਾ ਵੇਰੀਐਂਟ ਆ ਇਹ ਬਹੁਤ ਖਤਰਨਾਕ ਆ ਤੇ ਜਿਹੜਾ ਇੰਡੀਆ ਦੇ ਵਿੱਚ ਵੀ ਹੁਣ ਮਿਊਟੇਟ ਹੋਣ ਤੋਂ ਬਾਅਦ ਡੈਲਟਾ ਪਲੱਸ ਦੀ ਸ਼ਕਲ ਇਹ اختیار ਕਰ ਚੁੱਕਾ ਹੈ ਇਹਦੇ ਬਾਰੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਵਾਰਨਿੰਗ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਚਾਹੇ ਅਸੀਂ ਕੈਨੇਡਾ 'ਚ ਬੈਠੀਏ ਜਾਂ ਚਾਹੇ ਇੰਡੀਆ 'ਚ ਬੈਠੀਏ ਜਾਂ ਚਾਹੇ ਅਮਰੀਕਾ ਦੇ ਵਿੱਚ ਜਿੱਥੇ-ਜਿੱਥੇ ਵੀ ਕੇਸ ਘਟੇ ਆ ਉਹਨੂੰ ਇੰਨਾ ਜ਼ਿਆਦਾ ਖੁੱਲ ਨਹੀਂ ਲੈਣੀ ਚਾਹੀਦੀ ਇਹਦਾ ਹਮਲਾ ਦੁਬਾਰਾ ਹੋ ਸਕਦਾ ਅਗਲੀ ਵੇਵ ਆ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ